प्यारे बच्चों सत श्री अकाल मैं किरणदीप कौर आज ਆਪਾਂ ਜਮਾਤ ਨੌਵੀਂ ਦੀ ਪੰਜਾਬੀ ਦੀ ਪਾਠ ਪੁਸਤਕ ਪੰਜਾਬੀ ਵਿਰਸਾ ਵਿੱਚੋਂ ਪਾਠ ਤੀਸਰਾ ਲੋਕ ਨਾਚ ਦਾ ਤੀਸਰਾ ਭਾਗ ਪੜ੍ਹਨ ਜਾ ਰਹੇ ਹਾਂ ਪਹਿਲੇ ਦੋ ਭਾਗ ਆਪਾਂ ਪੜ੍ਹ ਚੁੱਕੇ ਹਾਂ ਆਓ ਦੇਖਦੇ ਹਾਂ ਤੀਸਰੇ ਭਾਗ ਨੂੰ ਪੰਗੜਾ ਤਸਵੀਰ ਵਿੱਚ ਵੀ ਦੇਖ ਰਹੇ ਹੋ ਨਾ ਪਿਆਰੇ ਬੱਚਿਓ ਗੱਬਰੂ ਪੰਗੜਾ ਪਾ ਰਹੇ ਹਨ ਭੰਗੜਾ ਪੰਜਾਬੀਆਂ ਦਾ ਮਨ ਪਾਉਂਦਾ ਲੋਕ ਨਾਚ ਹੈ। ਸ਼ੁਰੂਆਤੀ ਦੌਰ ਵਿੱਚ ਇਹ ਲੋਕ ਨਾਚ ਵਿਸਾਖੀ ਤਿਉਹਾਰ ਨਾਲ ਸੰਬੰਧਿਤ ਸੀ। ਜਦੋਂ ਕਣਕਾਂ ਪੱਕ ਜਾਂਦੀਆਂ ਸਨ, ਹੁਣ ਕਿਹੜਾ ਨਾਚ ਵਿਸਾਖੀ ਤਿਉਹਾਰ ਨਾਲ ਸੰਬੰਧਿਤ ਹੈ? ਭੰਗੜਾ। ਹਾਂਜੀ। ਤੇ ਕਿਸ ਖੁਸ਼ੀ ਵਿੱਚ ਮਨਾਇਆ ਜਾਂਦਾ ਸੀ? ਜਦੋਂ ਕਣਕਾਂ ਪੱਕ ਜਾਂਦੀਆਂ ਸੀ ਕਿਸਾਨਾਂ ਦੀਆਂ। ਜਦੋਂ ਕਿਸਾਨ ਸੋਨੇ ਰੰਗੇ ਸਿੱਟੇ ਬਣ ਜਾਂਦੇ ਸਨ ਤਾਂ ਕਿਸਾਨ ਪੱਕੀ ਫਸਲ ਨੂੰ ਦੇਖ ਕੇ ਖੁਸ਼ ਹੋ ਕੇ ਇਹ ਨਾਚ ਨੱਚਦੇ ਸਨ ਕਣਕ ਦੀ ਵਾਢੀ ਉਪਰੰਤ ਗੱਭਰੂ ਆਪਣੇ ਆਪ ਨੂੰ ਸ਼ਿੰਗਾਰ ਦੇ ਸਵਾਰਦੇ ਸਨ ਕੁੰਡੀਆਂ ਮੁੱਛਾਂ ਮਾਵੇ ਵਾਲੀਆਂ ਪੱਗਾਂ ਸੋਨੇ ਦੇ ਕੈਂਠੇ ਸੋਹਣੇ ਕੁਰਤੇ ਚਾਦਰੇ ਤਿੱਲੇਦਾਰ ਜੁੱਤੀਆਂ ਹੱਥ ਖੁੰਡਾ ਚਿਮਟੇ ਕਾਟੋ ਅਲਗੋਜ਼ੇ ਆਦ ਲੋਕ ਸਾਜਾਂ ਨਾਲ ਭੰਗੜੇ ਪਾਉਂਦੇ ਸਨ ਮੇਲੇ ਵਿੱਚ ਭੰਗੜਾ ਪਾਉਂਦੇ ਇਹ ਗੱਭਰੂ ਖੂਬ ਸੂਰਤ ਲੱਗਦੇ ਸਨ ਹਾਂਜੀ ਵਿਸਾਖੀ ਨਾਲ ਸੰਬੰਧਿਤ ਤੇ ਕਿਹੜੀ ਫਸਲ ਨਾਲ ਸੰਬੰਧਿਤ ਕਿਹੜਾ ਨਾਚ ਹੈ ਭੰਗੜਾ ਤੇ ਕੇਸ ਖੁਸ਼ੀ ਵਿੱਚੇ ਨੱਚਦੇ ਸੀ ਗੱਭਰੂ ਜਦੋਂ ਉਹਨਾਂ ਦੀਆਂ ਕਣਕਾਂ ਪੱਕ ਜਾਂਦੀਆਂ ਸੀ ਕਿਸਾਨ ਆਪਦੀ ਪੱਕੀ ਹੋਈ ਕਣਕ ਨੂੰ ਦੇਖ ਕੇ ਖੁਸ਼ ਹੁੰਦਾ ਸੀ ਤੇ ਖੁਸ਼ੀ ਵਿੱਚ ਆ ਕੇ ਕਿਹੜਾ ਨਾਚ ਨੱਚਦਾ ਸੀ ਭੰਗੜਾ ਤੇ ਫੇਰ ਉਹ ਜਦੋਂ ਇਹ ਆਪਦੇ ਆਪ ਨੂੰ ਸ਼ਿੰਗਾਰਦਾ ਸੀ ਭੰਗੜੇ ਵਿੱਚ ਜਾਣ ਲਈ ਤੇ ਕੁੰਡੀਆਂ ਮੁੱਛਾਂ ਮਾਵੇ ਵਾਲੀ ਪੱਗ ਸੋਨੇ ਦੇ ਕੰਠੇ ਸੋਨੇ ਕੁੜਤੇ ਚਾਦਰੇ ਤਿੱਲੇਦਾਰ ਜੁੱਤੀਆਂ ਤੇ ਹੱਥੀ ਖੁੰਡਾ ਫੜਦਾ ਸੀ ਫੇਰ ਉਹ ਜਿਹੜੇ ਸਾਜ਼ ਸੀ ਉਹ ਕਿਹੜੇ-ਕਿਹੜੇ ਸੀ ਉਹਦੇ ਕੋਲੇ ਚਿਮਟਾ ਕਾਟੋ ਤੇ ਅਲਗੋਜ਼ੇ ਨਾਲ ਲੋਕ ਸਾਜ਼ ਸੀ ਇਹ ਤੇ ਇਹਨਾਂ ਨਾਲ ਉਹ ਪੰਗੜਾ ਪਾਉਂਦਾ ਸੀ ਪ੍ਰਾਤਨ ਸਮੇਂ ਪੰਗੜਾ ਕਿਸੇ ਬੰਦਿਸ਼ 'ਚ ਨਹੀਂ ਪਾਇਆ ਜਾਂਦਾ ਸੀ ਹਾਂਜੀ ਬੰਦਿਸ਼ ਕਿਵੇਂ ਕੋਈ ਸਮੇਂ ਸੀਮਾ ਨਹੀਂ ਹੁੰਦੀ ਸੀ ਕੋਈ ਵੀ ਗੱਭਰੂ ਕਿੰਨਾ ਚਿਰ ਮਰਜ਼ੀ ਭੰਗੜਾ ਪਾ ਸਕਦਾ ਸੀ ਜੋ ਕਿ ਸਮੇਂ ਭੰਗੜਾ ਸਟੇਜਾਂ ਦਾ ਹਿੱਸਾ ਬਣ ਕੇ ਰਹਿ ਗਿਆ ਹੈ ਯੁਵਕ ਮੇਲਿਆਂ 'ਚ ਸਮੇਂ ਦੀ ਸੀਮਾ ਹੇਠ ਪਾਏ ਜਾਣ ਵਾਲੇ ਭੰਗੜੀ ਵਿੱਚ ਅਨੇਕਾਂ ਤਕਨੀਕੀ ਗੁੰਜਲਾਂ ਸ਼ਾਮਲ ਕਰ ਲਈਆਂ ਗਈਆਂ ਹਨ ਹਾਂਜੀ ਹੁਣ ਆਲੇ ਸਮੇਂ ਵਿੱਚ ਭੰਗੜਾ ਯੁਵਕ ਮੇਲਿਆਂ ਇਹ ਸਟੇਜਾਂ ਦਾ ਸ਼ਿੰਗਾਰ ਬਣ ਕੇ ਰਹਿ ਗਿਆ ਤੇ ਸਮੇਂ ਸੀਮਾ ਵਿੱਚ ਵੀ ਵੱਜ ਗਿਆ ਹੈ। ਪੁਰਾਤਨ ਸਮੇਂ ਭੰਗੜੇ ਵਿੱਚ ਢੋਲ, ਬੋਲੀਆਂ ਤੇ ਤਾਲ ਦੀ ਵਰਤੋਂ ਕੀਤੀ ਜਾਂਦੀ ਸੀ। ਭੰਗੜਾ ਖੁੱਲ ਕੇ ਪਾਇਆ ਜਾਂਦਾ ਸੀ। ਸਰੀਰਕ ਮੁਦਰਾਵਾਂ ਲਈ ਹੱਥਾਂ, ਬਾਹਾਂ, ਗਰਦਨ, ਪੈਰ ਆਦ ਸਰੀਰ ਦੇ ਵਿਭਿੰਨ ਅੰਗਾਂ ਦੀ ਹਰਕਤ ਨਾਚ ਨੂੰ ਰੰਗੀਨ ਬਣਾਉਂਦੀ ਸੀ। ਹੁਣ ਹੱਥ, ਬਾਹਾਂ, ਗਰਦਨ, ਪੈਰ ਇਹ ਸਾਰੀਆਂ ਸਰੀਰਕ ਹਰਕਤਾਂ ਹੁੰਦੀਆਂ ਸੀ ਤੇ ਇਹਨਾਂ ਨਾਲ ਹੋਰ ਵੀ ਪੰਗੜੇ ਵਿੱਚ ਰੰਗਿਨੀ ਆਉਂਦੀ ਸੀ ਪੰਗੜੇ ਸਮੇਂ ਪਾਈਆਂ ਜਾਣ ਵਾਲੀਆਂ ਬੋਲੀਆਂ ਅਨੁਸਾਰ ਸਰੀਰਕ મુਦਰਾਵਾਂ ਨਾਚ ਵਿੱਚ ਰੰਗ ਭਰਦੀਆਂ ਸਨ ਜੋ ਸਰੀਰਕ ਹਰਕਤ ਕਰਦੇ ਸੀਗੇ ਜਿਹੜੀਆਂ ਜੀਆਂ ਬੋਲੀਆਂ ਪਾਈਆਂ ਜਾਂਦੀਆਂ ਸੀ ਉਹ ਪੰਗੜੇ ਵਿੱਚ ਰੰਗ ਭਰ ਦਿੰਦੀਆਂ ਸੀ ਜਿਵੇਂ ਨਿਮਨਲਿਖਤ ਗੀਤ ਬੋਲੀਆਂ ਪੰਗੜੇ ਦਾ ਵਿਸ਼ੇਸ਼ ਅੰਗ ਮੰਨੀਆਂ ਜਾਂਦੀਆਂ ਹਨ ਹੁਣ ਬੋਲੀਆਂ ਵਿੱਚ ਵੀ ਆਪਾਂ ਨੂੰ ਗੱਬਰੂਆਂ ਦੇ ਪਹਿਰਾਵੇ ਦਾ ਉਹਨਾਂ ਦੇ ਕੱਦ ਕਾਠ ਦਾ ਉਹਨਾਂ ਦੀ ਦਿੱਖ ਦਾ ਵੀ ਪਤਾ ਲੱਗੂਗਾ ਹਾਂਜੀ ਕਣਕਾਂ ਦੇ ਮੂੰਹ ਕਣਕਾਂ ਦੇ ਮੂੰਹ ਆ ਗਈ ਲਾਲੀ ਖੁਸ਼ੀਆਂ ਦੇ ਭਰੇ ਕੇਾਰੇ ਜਿਉਂਗੇ ਦੇ ਵਿੱਚ ਨੱਚਣ ਕੁੜੀਆਂ ਫਸਲਾਂ ਲੈ ਨੂੰ ਹੁਲਾਰੇ ਪੰਗੜਾ ਪਾ ਮੁੰਡਿਆ ਤੈਨੂੰ ਕਣਕ ਸੈਨ ਤਾਂ ਮਾਰੇ ਪੰਗੜਾ ਪਾ ਮੁੰਡਿਆ ਹੁਣ ਇਹਦੇ ਵਿੱਚ ਵੀ ਕਣਕ ਆਪ ਪਹਿਲਾਂ ਹੀ ਭੜ ਚੁੱਕੇ ਆ ਵੀ ਭੰਗੜਾ ਕਿਸ ਖੁਸ਼ੀ ਵਿੱਚ ਪਾਇਆ ਜਾਂਦਾ ਜਦੋਂ ਕਿਸਾਨ ਦੀ ਕਣਕ ਪੱਕ ਜਾਂਦੀ ਹੈ ਹੁਣ ਇਸ ਚ ਕਣਕ ਪੱਕ ਚੁੱਕੀ ਹੈ ਤੇ ਫੇਰ ਗਿੱਧੇ ਵਿੱਚ ਭੰਗੜੇ ਵਿੱਚ ਆ ਗਿਆ ਗੱਭਰੂ ਤੇ ਉਹਨੂੰ ਕੌਣ ਬੁਲਾ ਰਹੀ ਹੈ ਉਹਦੀ ਕਣਕ ਬੁਲਾ ਰਹੀ ਹੈ ਸੈਨਤਾ ਮਾਰ ਰਹੀ ਹੈ ਹੁਲਾਰੇ ਲੈ ਰਹੀ ਹੈ ਕਣਕ ਸਾਡੇ ਪਿੰਡ ਦੇ ਮੁੰਡੇ ਦੇਖ ਲੋ ਜਿਉ ਟਾਲੀ ਦੇ ਪਾਵੇ ਕੰਨੀ ਧਾਰ ਉਹ ਬੰਦੇ ਚਾਦਰੇ ਪਿੰਜਨੀ ਨਾਲ ਸੁਹਾਵੇ ਦੁੱਧ ਕਾਸਨੀ ਬੰਦੇ ਸਾਫੇ ਉੜਦਾ ਕਬੂਤਰ ਜਾਵੇ ਮਲ ਮਲ ਦੇ ਪਾਉਂਦੇ ਕੂੜਤੇ ਜਿਉ ਬਗਲਾ ਤਲਾ ਵਿੱਚ ਨਾਵੇ ਹੁਣ ਦੇਖੋ ਇੱਥੇ ਇੱਕ ਗੱਭਰੂ ਦੀ ਦਿੱਖਦਾ ਵੀ ਉਹ ਲੰਬੇ ਉੱਚੇ ਟਾਲੀ ਵਰਗੇ ਹਨ ਤੇ ਉਹ ਚਾਦਰੇ ਇਸ ਤਰ੍ਹਾਂ ਬੰਦੇ ਵੀ ਪਿੰਜਣੀ ਨਾਲ ਸ਼ੁੰਦੇ ਹਨ ਦੁੱਧ ਕਾਸ਼ਨੀ ਚਿੱਟੇ ਸਾਫੇ ਬੰਦੇ ਹਨ ਉਹ ਕਬੂਤਰ ਵਰਗੇ ਲੱਗਦੇ ਨੇ ਜਿਵੇਂ ਚਿੱਟਾ ਕਬੂਤਰ ਹੁੰਦਾ ਤੇ ਮਲਮਲ ਦੇ ਕੁੜਤੇ ਪਾਉਂਦੇ ਜਿਵੇਂ ਬਗਲਾ ਤਲਾਹ ਵਿੱਚ ਨਹਾ ਰਿਹਾ ਹੁੰਦਾ ਹੈ ਦੇਸ਼ ਮੇਰੇ ਦੇ ਬਾਂਕੇ ਗੱਭਰੂ ਮਸਤ ਅਲੜਮਟਿਆਰਾ ਨੱਚਦੇ ਟੱਪਦੇ ਭੰਗੜਾ ਪਾਉਂਦੇ ਗਾਉਂਦੇ ਰਹਿੰਦੇ ਵਾਰਾਂ ਪ੍ਰੇਮ ਲੜੀ ਵਿੱਚ ਇੰਜ ਪਰੋਤੇ ਜਿਵੇਂ ਕੁੰਜਾਂ ਦੀਆਂ ਡਾਰਾਂ ਮੌਤ ਨਾਲ ਉਹ ਕਰਨ ਮਖੌਲਾ ਮਸਤੇ ਵਿੱਚ ਪਿਆਰਾ ਕੁਦਰਤ ਦੇ ਮੈਂ ਚੱਕਰੇ ਅੱਗੇ ਇਹੋ ਹੋ ਅਰਜ ਗੁਜ਼ਾਰਾਂ ਦੇਸ਼ ਪੰਜਾਬ ਦੀਆਂ ਖੇੜੀਆਂ ਰਹਿਣ ਬਹਾਰਾਂ ਦੇਸ਼ ਪੰਜਾਬ ਦੀਆਂ ਹੁਣ ਆਪਣੇ ਦੇਸ਼ ਦੀ ਦੁਆ ਕਰ ਰਹੀ ਆ ਵੀ ਉਸ ਦੀ ਬਹਾਰ ਉਹ ਹਮੇਸ਼ਾ ਹੱਸਦਾ ਵਸਦਾ ਰਹੇ ਨੱਚਦੇ ਆ ਟੱਪਦੇ ਆ ਮਟਿਆਰਾਂ ਅੱਲੜ ਐ ਮਸਤੀ ਵਿੱਚ ਨੱਚਦੀਆਂ ਭੰਗੜਾ ਪਾਉਂਦੇ ਨੇ ਤੇ ਆਪਣੇ ਪ੍ਰੇਮ ਪਿਆਰ ਵਿੱਚ ਇਸ ਤਰ੍ਹਾਂ ਪ੍ਰੋਇ ਹੋਏ ਹਨ ਜਿਵੇਂ ਕੁੰਝਾਂ ਦੀ ਕੁੰਝੇ ਕਪੰਛੀ ਆ ਉਹਨਾਂ ਦੀ ਡਾਰ ਟੋਲੀ ਜਾ ਰਹੀ ਹੈ ਤੇ ਮੌਤ ਨਾਲ ਵੀ ਉਹਨਾਂ ਦਾ ਸੁਭਾਅ ਅਣਖ ਵਾਲਾ ਹੈ ਮੌਤ ਤੋਂ ਵੀ ਡਰਦੇ ਨਹੀਂ ਮਖੌਲਾਂ ਕਰਦੇ ਆ ਤੇ ਪਿਆਰ ਵਿੱਚ ਮਸਤ ਹਨ ਬੱਲੇ ਬੱਲੇ ਵੀ ਢੋਲੀ ਦਾ ਢੋਲ ਵੱਜਦਾ ਜੱਟ ਬੱਕਰੇ ਬੁਲਾਉਂਦਾ ਆਵੇ ਹੁਣ ਇਹਦੇ ਵਿੱਚ ਵੀ ਜੱਟ ਖੁਸ਼ੀ ਵਿੱਚ ਆ ਰਿਹਾ ਢੋਲ ਵੱਜ ਰਿਹਾ ਪੰਗੜੇ ਵਿੱਚ ਖੁਸ਼ੀ ਵਿੱਚ ਆ ਖੁਸ਼ੀ ਵਿੱਚ ਆ ਕੇ ਸ਼ਾਮਲ ਹੋ ਰਿਹਾ ਬੋਲੀਆਂ ਦਾ ਖੂਹ ਭਰਦਿਆਂ ਜਿੱਥੋਂ ਪਾਣੀ ਪਰਨ ਮੁਟਿਆਰਾਂ ਬੋਲੀਆਂ ਦੀ ਸੜਕ ਬਣਾ ਜਿੱਥੇ ਚਲਦੀਆਂ ਮੋਟਰ ਕਾਰਾਂ ਬੋਲੀਆਂ ਦੀ ਰੇਲ ਪਰਾਂ ਵਿੱਚ ਲੋਕੀ ਚੜਨ ਹਜ਼ਾਰਾਂ ਬੋਲੀਆਂ ਦੀ ਨਹਿਰ ਪਰਾਂ ਵਿੱਚ ਨਿਕਲਣ ਮੋਗੇ ਨਾਲਾ ਸੋਨੇ ਦੇਸ਼ ਉਤੋਂ ਮੈਂ ਜ਼ਿੰਦਗਾਨੀ ਵਾਰਾਂ ਸੋਨੇ ਦੇਸ਼ ਉਤੋਂ ਹੁਣ ਆਪਣੇ ਸੋਨੇ ਦੇਸ਼ ਤੋਂ ਜ਼ਿੰਦਗਾਨੀ ਜਿੰਦੇ ਦੀ ਵਾਰਨ ਵਾਰੇ ਬੋਲੀ ਪਾਈ ਜਾ ਰਹੀ ਹੈ ਅੱਜ ਇਸ ਨਾਚ ਵਿੱਚ ਅਨੇਕਾਂ ਤਬਦੀਲੀਆਂ ਆ ਜਾਣ ਦੇ ਬਾਵਜੂਦ ਵੀ ਪੰਜਾਬੀਆਂ ਦਾ ਹਰਮਨ ਪਿਆਰਾ ਲੋਕ ਨਾਚ ਹੈ ਹੁਣ ਝੂਮਰ ਹਾਂਜੀ ਤੁਸੀਂ ਦੇਖ ਰਹੇ ਹੋ ਨੱਚ ਰਹੇ ਤਸਵੀਰ ਵਿੱਚ ਵੀ ਝੂਮਰ ਪਾ ਰਹੇ ਹਨ ਆਓ ਝੂਮਰ ਨਾਚ ਬਾਰੇ ਜਾਣਦੇ ਹਾਂ ਝੂਮਰ ਲੈਂਦੇ ਪੰਜਾਬ ਦੇ ਸੰਦਲਬਾਰ ਹੁਣ ਪਾਕਿਸਤਾਨ ਇਲਾਕੇ ਦਾ ਪ੍ਰਸਿੱਧ ਲੋਕ ਨਾਚ ਹੈ ਸੰਦਲਬਾਰ ਰਾਵੀ ਤੇ ਚਨਾ ਵਿਚਕਾਰ ਦਾ ਮਹੱਤਵਪੂਰਨ ਇਲਾਕਾ ਹੈ ਹੁਣ ਸੰਦਲਬਾਰ ਕਿੱਥੋਂ ਦਾ ਇਲਾਕਾ ਹੈ ਰਾਵੀ ਤੇ ਚਨਾ ਜਿਹੜਾ ਦਰਿਆ ਹੈ ਉਹਦੇ ਵਿਚਕਾਰ ਦਾ ਇਲਾਕਾ ਹੈ ਇੱਥੋਂ ਦੇ ਵਸਨੀਕਾਂ ਨੂੰ ਜੰਗਲੀ ਵੀ ਕਿਹਾ ਜਾਂਦਾ ਹੈ ਸਾੰਦਲਬਾਰ ਦੇ ਇਲਾਕੇ ਵਿੱਚ ਸ਼ੇਖੂਪੁਰਾ, ਮਿੰਟ ਗੁਮਰੀ, ਝੰਗ ਮੰਗਿਆਣਾ, ਲਾਇਲਪੁਰ ਆਦ ਹਿੱਸਾ ਸ਼ਾਮਲ ਕੀਤਾ ਜਾਂਦਾ ਹੈ ਇੱਥੋਂ ਦੇ ਲੋਕਾਂ ਦੁਆਰਾ ਇਸ ਇਹ ਨਾਚ ਨੱਚਿਆ ਜਾਂਦਾ ਹੈ ਮੌਜੂਦਾ ਸਮੇਂ ਇਹ ਨਾਚ ਚੜ੍ਹਦੇ ਪੰਜਾਬ ਦਾ ਵੀ ਹਿੱਸਾ ਬਣ ਗਿਆ ਹਾਂਜੀ ਇਹ ਨਾਚ ਲੈਂਦਾ ਪੰਜਾਬ ਪਾਕਿਸਤਾਨ ਵਾਲਾ ਚੜ੍ਹਦਾ ਪੰਜਾਬ ਆਪਣੇ ਕੋਲ ਜਿਹੜਾ ਪੰਜਾਬ ਹੈ ਹਾਂਜੀ ਇਹਦਾ ਇਹਦਾ ਵੀ ਹਿੱਸਾ ਬਣਿਆ ਹੋਇਆ ਹੈ ਪਹਿਲਾਂ ਇਹ ਲਹਿੰਦੇ ਪੰਜਾਬ ਵਿੱਚ ਹੀ ਸੀ ਹੁਣ ਚੜ੍ਹਦੇ ਪੰਜਾਬ ਵਿੱਚ ਵੀ ਇਹ ਨੱਚਿਆ ਜਾਂਦਾ ਹੈ ਝੂਮਰ ਜਿਵੇਂ ਕਿ ਇਸ ਨਾਚ ਦੇ ਨਾਂ ਤੋਂ ਹੀ ਸਪਸ਼ਟ ਹੈ ਕਿ ਝੂਮ ਝੂਮ ਕੇ ਨੱਚਿਆ ਜਾਣ ਵਾਲਾ ਨਾਚ ਝੂਮਰ ਦੇ ਨਾਮ ਤੋਂ ਕੀ ਸਪਸ਼ਟ ਹੈ ਕਿ ਝੂਮ ਝੂਮ ਕੇ ਨੱਚਿਆ ਜਾਂਦਾ ਹੈ ਇਹ ਨਾਚ ਝੁੰਬਰ ਪਾਣ ਵਾਲੇ ਗੱਭਰੂਆਂ ਵਿਚਕਾਰ ਢੋਲੀ ਖੜਾ ਹੋ ਜਾਂਦਾ ਹੈ ਤੇ ਢੋਲ ਵਜਾਉਂਦਾ ਹੈ ਗੱਭਰੂ ਘੁੰਮ ਕੇ ਝੂਮਰ ਪਾਉਂਦੇ ਹਨ ਝੂਮਰ ਪਾਉਣ ਵਾਲਾ ਗੱਭਰੂ ਤਾਲ ਅਨੁਸਾਰ ਖੱਬਾ ਪੈਰ ਅੱਗੇ ਕਰਕੇ ਬਾਹਵਾ ਉੱਪਰ ਉਲਾਰ ਕੇ ਫਿਰ ਸੱਜਾ ਪੈਰ ਅਗਾਹ ਕਰਕੇ ਖੱਬਾ ਪੈਰ ਵਾਪਸ ਉਥੇ ਕਰਦਾ ਹੈ ਬਾਹਵਾ ਉੱਪਰ ਰੱਖੀਆਂ ਜਾਂਦੀਆਂ ਹਨ ਤੇ ਫਿਰ ਪੈਰਾਂ ਨੂੰ ਹਲਾਇਆ ਜਾਂਦਾ ਹੈ ਇੰਜ ਗੱਭਰੂ ਛਾਤੀ ਦੇ ਸਾਹਮਣੇ ਹੱਥ ਮਟਕਾਉਂਦੇ ਹੋਏ ਝੂਮਦੇ ਹਨ ਝੂਮਰ ਸਮੇਂ ਢੋਲੀ ਢੋਲ ਦੀ ਤਾਲ ਤਨਕ ਦਿਨਤਾ ਤਨਕ ਦਿਨ ਦਾ ਦਨਕ ਦਿਨ ਦਿਨ ਰਹਿੰਦੀ ਹੈ ਹਾਂਜੀ ਕਿਹੜੀ ਢੋਲੀ ਦੀ ਤਾਲ ਕਿਹੜੀ ਰਹਿੰਦੀ ਹੈ ਪਿਆਰੇ ਬੱਚੋ ਤਨਕ ਦਿਨਤਾ ਤਨਕ ਦਿਨਤਾ ਦਨਕ ਦਿਨ ਦਿਨ ਰਹਿੰਦੀ ਹੈ ਇਹ ਉਸ ਦੀ ਢੋਲੀ ਦੀ ਤਾਲ ਹੈ ਇਹ ਵੀ ਵਿਚਾਰ ਪ੍ਰਸਤੂਤ ਕੀਤਾ ਜਾਂਦਾ ਹੈ ਕਿ ਸੰਦਲਬਾਰ ਦੇ ਲੋਕ ਇਸ ਨਾਚ ਨੂੰ ਮਸਤੀ ਵਿੱਚ ਆ ਕੇ ਚੰਨ ਚਾਨਣੀ ਰਾਤ ਚ ਸਾਰੀ ਰਾਤ ਨੱਚਦੇ ਸਨ ਮਸਤੀ ਵਿੱਚ ਆਉਂਦੇ ਸੀ ਤੇ ਕਦੋਂ ਨੱਚਦੇ ਸੀ ਚੰਨ ਚੰਨਨੀ ਰਾਤ ਸਾਰੀ ਰਾਤ ਨੱਚਦੇ ਸੀ ਪਹਿਰਾਵਾ ਸਾਦਾ ਹੀ ਹੁੰਦਾ ਸੀ ਗਾਲ ਵਿੱਚ ਚੋਲਾ ਤੇ ਤੇੜ ਮੱਜਲਾ ਚਾਦਰਾਂ ਪਹਿਨਦੇ ਸਨ ਮੱਜਲਾ ਚਾਦਰ ਨਾਲ ਜਿਹੜਾ ਪਿੰਜਨੀਆਂ ਨਾਲ ਸੋਹਂਦਾ ਸੀ ਗਿੱਟਿਆਂ ਨਾਲ ਛੂੰਦਾ ਸੀ ਸਰੀਰਿਕ ਸਜਾਵਟ ਲਈ ਗਹਿਣੇ ਵੀ ਪਾਏ ਜਾਂਦੇ ਸਨ ਚੜ੍ਹਦੇ ਪੰਜਾਬ ਵਿੱਚ ਫਾਜ਼ਿਲਕਾ ਫਰੋਜ਼ਪੁਰ ਇਲਾਕੇ ਦੇ ਬਾਬਾ ਪੋਖਰ ਨੂੰ ਇਸ ਨਾਚ ਦਾ ਬਾਬਾ ਬੋੜ ਮੰਨਿਆ ਜਾਂਦਾ ਹੈ ਹੁਣ ਪਿਆਰੇ ਬੱਚੋ ਝੂਮਰ ਨਾਚ ਦਾ ਬਾਬਾ ਬੋੜ ਕਿਸ ਨੂੰ ਮੰਨਿਆ ਜਾਂਦਾ ਹੈ ਬਾਬਾ ਪੋਖਰ ਨੂੰ ਕਿੱਥੇ ਰਹਿੰਦਾ ਫਾਜ਼ਿਲਕਾ ਤੇ ਫਿਰੋਜ਼ਪੁਰ ਦੇ ਇਲਾਕੇ ਚ ਰਹਿੰਦੇ ਆ ਜੋ ਕਿ ਸਮੇਂ ਸਕੂਲਾਂ ਕਾਲਜਾਂ ਦੇ ਯੁਵਕ ਮੇਲਿਆਂ ਵਿੱਚ ਇਸ ਨਾਚ ਨੂੰ ਸਾਂਭਣ ਦਾ ਯਤਨ ਕੀਤਾ ਜਾ ਰਿਹਾ ਹੈ ਵੀ ਇਹ ਇਹ ਨਾਚ ਵੀ ਅਲੋਪ ਹੁੰਦਾ ਜਾ ਰਿਹਾ ਹੈ ਉਸ ਹੁਣ ਇਸ ਨਾਚ ਨੂੰ ਸਾਂਭਣ ਦਾ ਯਤਨ ਕਿੱਥੇ ਕੀਤਾ ਜਾ ਰਿਹਾ ਸਕੂਲਾਂ ਤੇ ਕਾਲਜਾਂ ਵਿੱਚ ਇਸ ਨਾਚ ਸਮੇਂ ਨੇਕਾਂ ਗੀਤ ਗਾਏ ਜਾਂਦੇ ਹਨ ਜਿਵੇਂ ਅਸੀਂ ਗੱਭਰੂ ਦੇਸ਼ ਪੰਜਾਬ ਦੇ ਆ ਤੇ ਉੜਦਿਆਂ ਵਿੱਚ ਹਵਾਓ ਅਸੀਂ ਨੱਚ ਨੱਚ ਝੂਮਰ ਪਾਉਂਦੇ ਆ ਤੇ ਦਿੰਦਿਆਂ ਧੂੜ ਤਮਾਓ ਢੋਲ ਵਾ ਲਿਆ ਢੋਲੀਆ ਢੋਲ ਤੇ ਡਗਾ ਲਾਓ ਲੰਗ ਆ ਜਾ ਪਤਨ ਚਨਾ ਦਾ ਉਹ ਯਾਰ ਲੰਗ ਆ ਜਾ ਪਤਨ ਚਨਾ ਦਾ ਸਿਰ ਸੱਦ ਕੇ ਮੈਂ ਤੇਰੇ ਨਾਂ ਦਾ ਉਹ ਯਾਰ ਲੰਗ ਆ ਜਾ ਪਤਨ ਚਨਾ ਦਾ ਇਹ ਇਸ ਦੀਆਂ ਨਾਲ ਝੂਮਰ ਸਮੇ ਬੋਲੀਆਂ ਪਾਈਆਂ ਜਾਂਦੀਆਂ ਹਨ ਹਾਂਜੀ ਪਿਆਰੇ ਬੱਚਿਓ ਆਪਾਂ ਅੱਜ ਮਰਦਾਂ ਦੇ ਲੋਕਨਾਚ ਪੰਗੜਾ ਤੇ ਚੂਮਰ ਪੜ ਚੁੱਕੇ ਹਾਂ ਮਿਲਦੇ ਹਾਂ ਅਗਲੀ ਕਲਾਸ ਵਿੱਚ ਅਗਲੇ ਭਾਗ ਨਾਲ ਧੰਨਵਾਦ